ਦੱਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜਾ 646ਵਾਂ ਜੋ ਪੂਰੇ ਦੇਸ਼ ਵਿਦੇਸ਼ 'ਚ ਮਨਾਇਆ ਜਾ ਰਿਹਾ ਅਤੇ ਗੱਲ ਕਰੀਏ ਜਲੰਧਰ ਸ਼ਹਿਰ ਦੀ, ਜਲੰਧਰ ਸ਼ਹਿਰ ਦੇ ਵਿੱਚ ਵੀ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ। ਗੱਲ ਕਰੀਏ ਪੁਲਿਸ ਪ੍ਰਸ਼ਾਸਨ ਵੱਲੋਂ ਕਿੱਦਾਂ ਦੇ ਸਹਿਯੋਗ ਹੈ ਸਾਡੇ ਨਾਲ, ਪੁਲਿਸ ਕਮਿਸ਼ਨਰ ਵੀ ਸਾਡੇ ਨਾਲ ਹੈ ਅਤੇ ਅੱਜ ਦੌਰਾ ਵੀ ਕਰ ਰਹੇ ਨੇ ਮੇਲੇ ਦਾ ਅਤੇ ਬਾਬਾ ਜੀ ਦਾ ਆਸ਼ੀਰਵਾਦ ਵੀ ਲੈਣ ਲਈ ਪਹੁੰਚੇ ਨੇ। ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ। ਅੱਜ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੈ, ਪੂਰੇ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਹੈ। ਜਲੰਧਰ ਪ੍ਰਸ਼ਾਸਨ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਜਲੰਧਰ ਵਾਸੀਆਂ ਨੂੰ, ਪੰਜਾਬੀਆਂ ਨੂੰ, ਮੁਬਾਰਕਾਂ ਦਿੰਦਾ ਅਤੇ ਪ੍ਰਸ਼ਾਸਨ ਜਲੰਧਰ ਵਾਸੀਆਂ ਅੱਜ ਮੇਲਾ ਹੈ, ਦੋ ਤਿੰਨ ਤਿੰਨ ਦਿਨ ਦਾ ਜਿਹੜਾ ਮੇਲਾ ਬੜੀ ਧੂਮਧਾਮ ਤੁਹਾਡੇ ਸਹਿਯੋਗ ਕੀਤੇ ਜਾ ਰਹੇ ਨੇ, ਮੁਲਾਜ਼ਮਾਂ ਵੱਲੋਂ ਪੂਰੀ ਡਿਊਟੀ ਕੀਤੀ ਗਈ ਹੈ, ਕੋਈ ਵੀ ਮੇਲੇ ਦਾ ਜਿਹੜਾ ਚੈੱਕ ਕੀਤਾ ਜਾ ਰਿਹਾ। ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਜਿਹੜੇ ਸ਼ਹਿਰ ਵਾਸੀ ਹੈ ਬਹੁਤ ਹੀ ਮੇਲੇ ਦੇ ਵਿੱਚ ਬੂਟਾ ਇਹਨੂੰ ਅਸੀਂ ਘੇਰਾਬੰਦੀ ਨਹੀਂ ਕਹਿ ਸਕਦੇ, ਅਸੀਂ ਇਹਨੂੰ ਅਸੀਂ ਸਿਕਿਉਰਿਟੀ ਜਿਹੜੇ ਉੱਥੇ ਮੈਨੇਜਮੈਂਟ ਕਮੇਟੀ ਇਹਨਾਂ ਦੇ ਨਾਲ ਮਿਲ ਕੇ ਉਹਨਾਂ ਦੇ ਨਾਲ ਮੀਟਿੰਗ ਕਰਕੇ ਅਸੀਂ ਲਾਈ ਹੋਈ ਹੈ ਲੋਕਾਂ ਦੀ ਸੇਫਟੀ ਸਿਕਿਉਰਿਟੀ ਵਾਸਤੇ ਹੈਗੀ ਅਤੇ ਮੈਨੂੰ ਨਹੀਂ ਲੱਗਦਾ ਕਿ ਕਿਹੋ ਜਿਹੀ ਕੋਈ ਇਹੋ ਜਿਹੀ ਕੋਈ ਪ੍ਰੋਬਲਮ ਆਊਗੀ ਕਿ ਸਾਡਾ ਕੋਈ ਇਹੋ ਜਿਹਾ। ਗੱਲ ਕਰੀਏ ਮੁਲਾਜ਼ਮ ਮੇਲੇ ਦੇ ਵਿੱਚ ਗੱਲਬਾਤ ਕੀਤੀ ਗਈ ਹੈ ਪੁਲਿਸ ਕਮਿਸ਼ਨਰ ਦੇ ਨਾਲ ਜੋ ਮੇਲੇ ਦੇ ਵਿੱਚ 2000 ਤੋਂ ਕਰੀਬ ਜੋ ਆ ਮੁਲਾਜ਼ਮ ਲੱਗੇ ਗਏ ਨੇ, ਕੋਈ ਡੀ ਸੀ ਪੀ ਰੈਂਕ ਔਰ ਅਫਸਰ ਏ ਸੀ ਔਰ ਐਸ ਪੀ ਰੈਂਕ ਦੇ ਜੋ ਮੇਲੇ ਦੇ ਵਿੱਚ ਡਿਊਟੀ ਲਗਾਈ ਗਈ ਜੋ ਡਿਊਟੀ ਤੁਸੀਂ ਦੇਖ ਲਓ ਤਸਵੀਰਾਂ ਜੋ ਜਲੰਧਰ ਦੇ ਪੁਲਿਸ ਕਮਿਸ਼ਨਰ ਜੋ ਮੇਲੇ ਦਾ ਜਾਇਜ਼ਾ ਲਿੱਤਾ ਜਾ ਰਿਹਾ ਔਰ ਮੇਲੇ ਦਾ ਜੋ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈਗੀ ਹੈ। ਤੁਸੀਂ ਦੇਖ ਲਓ ਤਸਵੀਰਾਂ ਦੇ ਵਿੱਚ, ਤਸਵੀਰਾਂ ਤੁਸੀਂ ਦੇਖ ਲਓ ਜਲੰਧਰ ਦੇ ਵਿੱਚ ਜੋ ਹੈ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਕੈਮਰਾਮੈਨ ਵਿਸ਼ਾਲ ਦੇ ਨਾਲ ਸੋਨੂ ਮਹਾਜਨ ਜਗਬਾਣੀ ਟੀਵੀ ਜਲੰਧਰ।